ਕੁਰਾਲੀ ਦੇ ਨੇੜਲੇ ਪਿੰਡ ਬਿੱਦਰਖ ਜ਼ੋਨ ਵਿੱਚ ਲੱਗੇ ਸਟੋਨ ਕ੍ਰੈਸ਼ਰਾਂ ਦੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਗੁੰਡਾ ਪਰਚੀ ਲਗਾ ਦਿੱਤੀ ਹੈ ਅਤੇ ਗੁੰਡਾ ਪਰਚੀ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਸਟੋਨ ਕ੍ਰੈਸ਼ਰ ਸੀਲ ਕਰ ਦਿੱਤੇ ਹਨ ਜਿਸ ਕਾਰਨ ਕਈ ਲੋਕਾਂ ਦਾ ਰੋਜ਼ਗਾਰ ਖਤਮ ਹੋਣ ਦੇ ਕਗਾਰ ਤੇ ਹੈ ਤੇ ਉੱਥੇ ਹੀ ਰੇਤ ਬਜਰੀ ਵੀ ਮਹਿੰਗੀ ਹੋ ਸਕਦੀ ਹੈ ਜਿਸ ਨਾਲ ਆਮ ਨਾਗਰਿਕਾਂ ਨੂੰ ਆਪਣਾ ਘਰ ਬਣਾਉਣ ਦੇ ਵਿੱਚ ਜੇਬਾਂ ਤੇ ਕਾਫੀ ਅਸਰ ਪਵੇਗਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਿੰਡ ਭੱਦਲ ਦੇ ਸਟੋਨ ਕ੍ਰੈਸ਼ਰ ਦੇ ਮਾਲਕ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਤੋਂ ਸਟੋਨ ਕ੍ਰੈਸ਼ਰ ਦੀ ਮਨਜ਼ੂਰੀ ਮਿਲਣ ਤੇ ਸਰਕਾਰੀ ਫੀਸ ਜਮ੍ਹਾਂ ਹੋਣ ਦੇ ਬਾਅਦ ਵੀ ਸਰਕਾਰ ਨੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਸਟੋਨ ਕ੍ਰੈਸ਼ਰ ਤੇ ਜੋ ਗੁੰਡਾ ਪਰਚੀ ਲਾਈ ਹੈ ਉਹ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਸਾਡੇ ਤੋਂ ਰੋਜ਼ ਦੇ 40 ਤੋਂ 50 ਹਜ਼ਾਰ ਗੁੰਡਾ ਪਰਚੀ ਵਾਲੇ ਵਸੂਲਦੇ ਨੇ ਜੇ ਉਹਨਾਂ ਨੂੰ ਇਹ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਪ੍ਰਸ਼ਾਸਨ ਵੱਲੋਂ ਸਾਡੇ ਕ੍ਰੈਸ਼ਰ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਗੁੰਡਾ ਪਰਚੀ ਜਲਦ ਬੰਦ ਨਾ ਕੀਤੀ ਸਾਰੇ ਹੀ ਕ੍ਰੈਸ਼ਰਾਂ ਦੇ ਮਾਲਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਕੜਾ ਸੰਘਰਸ਼ ਕੀਤਾ ਜਾਵੇਗਾ ਦੂਜੇ ਪਾਸੇ ਕ੍ਰੈਸ਼ਰ ਦੇ ਮਾਲਕ ਕੰਮ ਕਰਨ ਵਾਲੇ ਟਿੱਪਰ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰੈਸ਼ਰ ਬੰਦ ਹੋਣ ਤੇ ਸਾਡੇ ਘਰਾਂ ਦੇ ਵਿੱਚ ਰੋਟੀ ਦੇ ਲਾਲੇ ਪੈ ਗਏ ਹਨ ਅਤੇ ਘਰਾਂ ਦਾ ਰੁਜ਼ਗਾਰ ਔਖਾ ਹੋ ਗਿਆ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਸਗੋਂ ਲੋਕਾਂ ਦਾ ਰੁਜ਼ਗਾਰ ਖੋਣ ਤੇ ਲੱਗੀ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਦਾ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਹੈ 15-20 ਦਿਨ ਹੋ ਗਏ ਜੀ ਆਹੀ ਹਾਲ ਦੇਖਦਿਆਂ ਨੂੰ ਉਸ ਤੋਂ ਬਾਅਦ ਸਾਡੇ ਕੋਲ ਜੇਬਾਂ 'ਚ ਪੈਟਰੋਲ ਪਾਉਣ ਜੋਗਾ ਪੈਸੇ ਨਹੀਂ ਹੁੰਦੇ ਇੰਨਾ ਬੁਰਾ ਹਾਲ ਹੋਇਆ ਵਾ ਚੁੱਲ੍ਹਾ ਨਹੀਂ ਚੱਲ ਰਿਹਾ ਸਾਡਾ ਇਹਨਾਂ ਨੇ ਸਾਡਾ ਕੰਮ ਸਾਰਾ ਬੰਦ ਕਰਿਆ ਵਾ ਕੰਮ ਸੀਲਾਂ ਲੱਗੀਆਂ ਵੀਆਂ ਉਹਦੇ ਬਾਅਦ 4 ਰੁਪਏ ਪਰਚੀ ਦੇਣੀ ਪੈਂਦੀ ਮਾਲਕਾਂ ਨੂੰ ਜੇ ਕੁਛ ਬਚੂਗਾ ਕੁਛ ਥਾਂ ਤਾਂ ਸਾਨੂੰ ਦਊਂਗੇ ਨਹੀਂ ਤਾਂ ਸਾਡਾ ਵੀ ਕੰਮ ਔਖਾ ਹੀ ਹੈ ਸਾਨੂੰ ਵੀ ਸੜਕਾਂ 'ਤੇ ਜਾਣਾ ਪਊਗਾ ਹੁਣ ਸਰਕਾਰ ਸਰਕੂਰ ਦਾ ਤਾਂ ਸਾਨੂੰ ਪਤਾ ਨਹੀਂ ਜੀ ਪਰ ਇੰਨਾ ਪਤਾ ਵੀ ਗੁੰਡਾ ਪਰਚੀ ਚੱਲ ਰਹੀ ਹੈ ਜੀ ਇੱਕ ਕੱਚੀ ਜਿਹੀ ਪਰਚੀ ਦੇ ਦਿੰਦੇ ਰਸਤੇ ਮੈਂ ਕੋਈ ਵੀ ਰੋਕ ਸਕਦਾ ਸਾਨੂੰ ਠੀਕ ਹੈ ਜੀ ਉਹਦੇ ਨਾਲ ਕੋਈ ਸਬੂਤ ਸਬਾਤ ਤਾਂ ਹੈ ਨਹੀਂ ਨਾ ਕੋਈ ਮੰਨਦਾ ਉਹ ਪਰਚੀ ਨੂੰ ਜੇ ਪੁਲਿਸ ਵੀ ਰੋਕਦੀ ਹੈ ਉਹ ਪਰਚੀ ਨੂੰ ਕੋਈ ਮੰਨਦਾ ਤਾਂ ਹੈ ਨਹੀਂ ਠੀਕ ਹੈ ਜੀ ਪੁਲਿਸ ਨੂੰ ਵੀ ਤੁਹਾਨੂੰ ਪਤਾ ਕਿਆ ਕਿਆ ਦਿੰਦੇ ਹੋਣੇ ਕਿਆ ਨਹੀਂ ਦਿੰਦੇ ਹੋਣੇ ਇਹਦੇ ਕਰਕੇ ਆਪ ਆ ਕੇ ਗੱਡੀ ਛੜਾ ਕੇ ਜਾਂਦੇ ਉਹ ਠੀਕ ਹੈ ਜੀ ਉਹ ਤੋਂ ਬਾਅਦ ਜਾਣੀ ਕਿ ਜੇ ਸਾਡੇ ਕੋਲ ਪਰਚਾ ਘੱਟ ਹੋ ਸਕਦਾ ਹੈ ਕਿ ਉੱਪਰ ਤੇ ਕੋਈ ਟੀਮ ਆ ਜਾਵੇ ਖਰੜ ਤੋਂ ਡੇਵਿਡ ਵਰਮਾ ਜੀਵੇ ਪੰਜਾਬ ਟੀਵੀ ਦੇਖ ਰਹੇ ਸੀ ਜੀਵੇ ਪੰਜਾਬ ਟੀਵੀ ਜਿੱਥੇ ਤੁਹਾਨੂੰ ਮਿਲਣਗੇ ਹਰ ਰਾਜਨੀਤਿਕ ਕਿੱਸੇ ਤੇ ਦੇਸ਼ ਵਿਦੇਸ਼ ਦੀ ਹਰ ਛੋਟੀ ਵੱਡੀ ਖਬਰ ਅਗਰ ਤੁਸੀਂ ਸਾਡੀ ਖਬਰ ਫੇਸਬੁੱਕ ਪੇਜ ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਤੇ ਫਾਲੋ ਕਰੋ ਅਗਰ ਤੁਸੀਂ ਸਾਡੀ ਖਬਰ ਯੂਟਿਊਬ ਪੇਜ ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਅਤੇ ਤੁਹਾਨੂੰ ਹਰ ਛੋਟੀ ਵੱਡੀ ਖਬਰ ਦਾ ਤੁਹਾਡੇ ਮੋਬਾਈਲ ਤੇ ਮਿਲੇਗਾ ਇੱਕ ਨੋਟੀਫਿਕੇਸ਼ਨ ਤਾਂ ਜੁੜੇ ਰਹੋ ਜੀਵੇ ਪੰਜਾਬ ਟੀਵੀ ਦੇ ਨਾਲ